आ धाती फड़ो चल भी चल कणक पट्टी है अज पंजाब दे विच कनेडा तो लेबर आ रही है देख लो सच्ची गल आ आप दी सरकार तो बाद सारा कुछ चेंज हो गया लोग कनेडा तो आने लग गए आ ले फड़ो कणक पट्टो हुण आपां कनेडियन बंदे लेके आए हां कणक वड्ढन वास्ते आ ले फड़ आ धाती फड़ो कण बैठो इत्थे फड़ो हैलो सर कणक फड़ो शुरू कर दो फड़ लिया ने धाती हां बंदा काम करने वाला बंदे दा पैर ओदी चढ़दा मैं लिपड़िया पिया ਕਹਿੰਦਾ ਗੋਦੀ ਚੜਨਾ ਇਹ ਕਿਹੜੀ ਲੇਬਰ ਆ ਗਈ ਜਿਹੜੀ ਆਉਂਦੀ ਹੋ ਕਹਿੰਦੀ ਆ ਗੋਦੀ ਚੜਨਾ ਦਾਤੀ ਤਾਂ ਫੜੀ ਮੇਰੇ ਪੁੱਤ ਨੇ ਸਰਦਾਰ ਜੀ ਦੀ ਗੋਦੀ ਚੜਨਾ ਹਾਂਜੀ ਬੱਤ ਹਾਂਜੀ ਹਾਏ ਕਣਕ ਵੱਢੂਗਾ ਮੇਰਾ ਬੱਤ ਕਣਕ ਵੱਢੂਗਾ ਅੱਜ ਸਾਰਿਆਂ ਨੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਪਹੁੰਚੇ ਅੱਜ ਮੋਟਰ ਤੇ ਸ਼ਾਮ ਜੀ ਸੀਗੀ ਮੈਂ ਕਿਹਾ ਚਲੋ ਮੋਟਰ ਤੇ ਗੇੜਾ ਮਾਰ ਜੀ ਨਹੀਂ ਆਪਣੇ ਜਿਹੜੇ ਬੰਦੇ ਰੱਖੇ ਹੋਇਆ ਕੰਮ ਨਹੀਂ ਸੀ ਕਰਦੇ ਹੈਗੇ ਹੋਰ ਕਿਵੇਂ ਹੋ ਵੀ ਵਧੀਆ ਵਧੀਆ ਨਾ ਚਾਚੇ ਆਪਾਂ ਕੀ ਕਰਨ ਆਏ ਅੱਜ ਉਰੇ ਆਪਾਂ ਖੰਬੇ ਦੇ ਆਲੇ ਦਾਲੇ ਵਿੱਚੋਂ ਵੱਢਣ ਆਇਆ ਉਹ ਠੀਕ ਆ ਹਾਂ ਸਵੇਰ ਦੇ ਵੱਢਦੇ ਆ ਅੱਗੇ ਤਾਂ ਮੈਂ ਵੱਢਦਾ ਹੁੰਦਾ ਸੀ ਫਿਰ ਆਪਣਾ ਜਿਹੜਾ ਦੂਜਾ ਬੰਦਾ ਰੱਖਿਆ ਉਹ ਗੁੱਸੇ ਨਾਲ ਜੋ ਵੀ ਦਿਖਾ ਦੀ ਹਾਂ ਭਰੀ ਆਪਾਂ ਕੇ ਆਉਣਾ ਫਿਰ ਇਹ ਥੱਬੇ ਜਾਂ ਵੱਢੀ ਜਾਂਦੀ ਆ ਉਹਦੇ ਉੱਤੇ ਫੂਸਦੇ ਸਣ ਰੱਖ ਦੇਣੇ ਸੋ ਕੰਬਾਈਨ ਜਿਹੜੀ ਚੱਲਣੀ ਆ ਬੇਸਿਕਲੀ ਉਹ ਸਾਈਡਾਂ ਤੋਂ ਜਿਹੜੀਆਂ ਬੱਲੀਆਂ ਛੱਡ ਦਿੰਦੀ ਆ ਜਿਹੜੀ ਕਣਕ ਛੱਡ ਦਿੰਦੀ ਆ ਆਪਾਂ ਵੱਢ ਕੇ ਜਿਹੜੀ ਨੇੜੇ ਵਾਲੀ ਕਣਕ ਉਹਦੇ ਉੱਤੇ ਰੱਖ ਦਿੰਦੇ ਕਿਉਂਕਿ ਹੁਣ ਆਹ ਏਰੀਆ ਦੇ ਵਿੱਚ ਕੰਬਾਈਨ ਜਾ ਨਹੀਂ ਸਕਦੀ ਹੈ ਨਾ ਕੋਈ ਖੰਭਾ ਲੱਗਿਆ ਹੋਇਆ ਵਾ ਹਾਂ ਪੁੱਤ ਕਣਕ ਦੀ ਗੱਲ ਕਰੀਏ ਜੀ ਕਣਕ ਐਨ ਖਣਕ ਰਹੀ ਆ ਅਤੇ ਪੂਰੀ ਪੱਕੀ ਪਈ ਆ ਰੰਗ ਬਹੁਤ ਸੋਹਣਾ ਵਾ ਉੱਚੀ ਆ ਹਾਲੇ ਤੱਕ ਤਾਂ ਸਾਰਾ ਵਧੀਆ ਲੱਗ ਰਿਹਾ ਇਹਦੀ ਸਿਰ 'ਤੇ ਆ ਹੈ ਨਾ ਮਹਾਰਾਜ ਡਿਪੈਂਡ ਕਰਦਾ ਸੀ ਕਿੰਨਾ ਕਹਿੰਦੀਆਂ ਘੁੰਮਾਂਗੇ ਜੇ ਕਣਕ ਦੇ ਝਾੜ 'ਤੇ ਸਾਰਾ ਕੁਛ ਡਿਪੈਂਡ ਕਰਦਾ ਵਾ ਉੱਧਰ ਚਾਚਾ ਅਤੇ ਡੈਡੀ ਜੀ ਲੱਗੇ ਹੋਏ ਨੇ ਅਸੀਂ ਇਹਨਾਂ ਦੀ ਹੌਸਲਾ ਅਫਜਾਈ ਕਰਨ ਆਏ ਹਾਂ ਮੇਰੇ ਤਾਂ ਸੱਟ ਲੱਗੀ ਹੋਈ ਆ ਨਹੀਂ ਉਹਨੂੰ ਤਾਂ ਮੈਂ ਕਿੰਨੀਆਂ ਕਨਾਲਾਂ ਵੱਢ ਦਿੰਦਾ ਮਨਰਾਜ ਤਾਂ ਦੇਖਿਆ ਨਹੀਂ ਜਾ ਰਿਹਾ ਆਪਦਾ ਡੈਡੀ ਕੰਮ ਕਰਦਾ ਮਨਰਾਜ ਕਹਿੰਦਾ ਮੈਂ ਹੈਲਪ ਕਰਨੀ ਆ ਇਹੋ ਜਿਹੇ ਕੰਮ ਮੈਂ ਕਰ ਸਕਦਾ ਕਰ ਫਿਰ ਜਿਮ ਵੀ ਤਾਂ ਜਾਂਦਾ ਹੀ ਆ ਰਾਤ ਨੂੰ ਹੈ ਮੈਂ ਕਹਿੰਦਾ ਮਿਲਾਂਗੇ ਸੋਚ ਹੀ ਜਾਂਦਾ ਇਹ ਪੁੱਤਰਾ ਪਤਾ ਕਿਉਂ ਕਰਦਾ ਉਹ ਦੇਖੋ ਉਹ ਗੋਡੇ ਲਾ ਰਹੇ ਉਹਨੇ ਪਾਪਾ ਜੀ ਕਹਿੰਦੇ ਥੱਲੇ ਛੱਡ ਇਹ ਸਾਡੇ ਪੰਜਾਬ ਬਿਜਲੀ ਬੋਰਡ ਦੀ ਹਦਾਇਤਾਂ ਨੇ ਹਾਂਜੀ ਜਦ ਕਣਕ ਪੱਕ ਜਾਂਦੇ ਆ ਜਿਹਦੇ ਖੇਤ ਦੇ ਵਿੱਚ ਜਗ੍ਹਾ 'ਚ ਟ੍ਰਾਂਸਫਾਰਮ ਆ ਉਹਦੇ ਵਿੱਚੋਂ ਕਣਕ ਵੱਢ ਕੇ ਇੰਨੀ ਕੁ ਗੁੜ ਦੋ ਵੀ ਚੰਗਿਆੜਿਆ ਗਿਰ ਗਿਆ ਨੁਕਸਾਨ ਹੋ ਜਾਂਦਾ ਨਾਲੇ ਅਸੀਂ ਸੁੱਚ ਕੱਢਤੀ ਨਾਲੇ ਦੇ ਕੇ ਵੱਢ ਕੇ ਉਹ ਭਰੀਆਂ ਰੱਖਤੀ ਆ ਅਸੀਂ ਪੰਜਾਬ ਬਿਜਲੀ ਬੋਰਡ ਦੀ ਕਲਾਲ ਸਾਡਾ ਫਿਟਰ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਉਹਨਾਂ ਦੀ ਆਗਿਆ ਦਾ ਪਾਲਣ ਕਰਿਆ ਅਸੀਂ ਬਾਕੀ ਚਾਚਾ ਜੀ ਨੂੰ ਪੁੱਛ ਲੈ ਆਪਣੇ ਨੂੰ ਉਧਰ ਚਾਚਾ ਜੀ ਦੀ ਆਗਿਆ ਦਾ ਪਾਲਣ ਮਨਰਾਜ ਨੇ ਕਰਤਾ ਹੋਰ ਕੀ ਚਾਹੀਦਾ ਸੱਚ ਕੀ ਫਈ ਚਲਾ ਰਿਹਾ ਕਹੀਂ ਮੈਨੂੰ ਲੱਗਦਾ ਗੋਡਿਆਂ 'ਚ ਵਿੰਗ ਨਹੀਂ ਪਾਉਣਾ ਹੁੰਦਾ ਮਾੜਾ ਜਿਹਾ ਕਿ ਨਹੀਂ ਗੱਲਾਂ ਘੱਟ ਕੰਮ ਵੱਧ ਸ਼ਾਬਾਸ਼ ਲੈ ਜਿੰਮ ਲੱਗ ਜਾਂਦੀ ਆ ਆਪਣੀ ਜ਼ਮੀਨ ਦੇ ਵਿੱਚ ਕਾਫੀ ਖੰਭਿਆਂ ਦੇ ਆਪਟੀਕਲ ਜ਼ਿਆਦਾ ਨੇ ਡਿੱਕਾ ਲਾਉਣ ਨੂੰ ਕੰਪਾਈਨ ਨੂੰ ਉਹਨਾਂ ਨੂੰ ਅਸੀਂ ਦੂਰ ਕਰਨ ਵਾਸਤੇ ਕੰਮ ਵੀ ਕਰਦੇ ਹਾਂ ਤੁਹਾਨੂੰ ਬੜਾ ਖੰਭਾ ਦਿਖਾਉਂਦੇ ਹਾਂ ਆਮ ਬੰਦਾ ਹੈਰਾਨ ਹੋ ਜਾਊਗਾ ਬਹੁਤ ਕੰਮ ਕਰਦੇ ਸੀ ਬੁੱਢੇ ਹੋ ਗਏ ਚਿੱਲ ਕਰਕੇ ਆਉਂਦਾ ਮਨਰਾਜ ਤਾਂ ਸਵਿਮਿੰਗ ਪੂਲ ਚ ਆਇਆ ਰੈਡੀ ਅੱਜ ਤਾਹੀਓ ਖੁਸ਼ਬੂ ਆਉਂਦੀ ਰੈਡੀ ਹੋਇਆ ਕੀ ਸੀਗਾ ਕਹਿੰਦੇ ਫੋਨ ਕੀਤਾ ਸੀ ਇਹਨੇ ਅੱਜ ਅੱਗੇ ਪਿਛਲੇ ਸਾਲ ਵੀ ਇਹੀ ਹੋਇਆ ਪਾਪੀ ਨੇ ਪਾਪਾ ਜੀ ਨੀ ਚੱਕਿਆ ਸੀਗਾ ਫੋਨ ਫਿਰ ਤੂੰ ਪੁੱਛਿਆ ਹੀ ਨੀ ਫਿਰ ਮੈਂ ਪਾਪੀ ਤੋਂ ਪੁੱਛੇ ਨੀ ਐਕਟੀ ਪਿਛਲੇ ਸਾਲ ਪਾਪੀ ਨੇ ਮਨਾ ਕਰ ਇਹ ਕਹਿੰਦਾ ਇਹ ਤੂੰ ਪਤਾ ਨਹੀਂ ਲੱਗਦੀ ਇਹ ਕਹਿੰਦਾ ਹੈਲੋ ਡੈਡੀ ਸਤਿ ਸ੍ਰੀ ਅਕਾਲ ਮੈਂ ਸਤਿ ਸ੍ਰੀ ਅਕਾਲ ਕਹਿੰਦਾ ਨਹੀਂ ਪਾਪਾ ਜੀ ਡੈਡੀ ਨਾਲ ਗੱਲ ਕਰਨੀ ਸੀਗੀ ਡੈਡੀ ਪਾਪਾ ਸਤਿ ਸ੍ਰੀ ਅਕਾਲ ਮੈਂ ਕਿਹਾ ਕੀ ਕੰਮ ਆ ਮੈਨੂੰ ਦੱਸ ਨਹੀਂ ਤੁਹਾਨੂੰ ਨਹੀਂ ਕਹਿੰਦਾ ਦੱਸਣ ਵਾਲਾ ਇਹ ਕਹਿੰਦਾ ਤੇਰਾ ਚਾਚਾ ਕਹਿੰਦਾ
ਫੋਨੂ ਕਾਨੂੰ ਆਉਂਦਾ ਪੈਸਿਆਂ ਕਰਕੇ ਆਉਂਦਾ ਹੋਣਾ ਪੈਸੇ ਚਾਹੀਦੇ ਹੋਣੇ ਨੇ ਇੱਕ ਜਿਹੜੀ ਇੱਕ ਮੈਂ ਕੱਲ ਪਰਸੋਂ ਵੀਡੀਓ ਦੇਖੀ ਉਹ ਬੰਦਾ ਮਧੂ ਮੱਖੀਆਂ ਪਾਲਣ ਕਰਕੇ ਆਹ ਮੱਖੀਆਂ ਦਾ ਬਹੁਤ ਜ਼ਿਆਦਾ ਅਮੀਰ ਬਣਿਆ ਉਹ ਕਹਿੰਦਾ ਵੀ ਕੋਈ ਵੀ ਬੰਦਾ ਜੇ ਮਧੂ ਮੱਖੀਆਂ ਦਾ ਕੰਮ ਕਰੂਗਾ ਫੇਲ ਨਹੀਂ ਹੋ ਸਕਦਾ ਹੈਗਾ ਉਹਨੂੰ ਆਪਾਂ ਆਪਾਂ ਉਹਨੂੰ ਇੱਧਰ ਗੇੜਾ ਦਿਖਾਉਂਦੇ ਆ ਦੇਖੋ ਸਾਡੇ ਡੱਬੇ ਖਾਲੀ ਪਏ ਪੁੱਤਰਾ ਪਹਿਲਾਂ ਇੱਕ ਗੱਠੂ ਮਖਿਆਲ ਹੁੰਦਾ ਸੀਗਾ ਫਿਰ ਬਿੱਲਾ ਮਖਿਆਲ ਡੂਮਣਾ ਮਖਿਆਲ ਦੇਸੀ ਮਖਿਆਲ ਇਹ ਤੋਂ ਬਾਅਦ ਇਹ ਆ ਗਿਆ ਕੋਈ ਵੀ ਮਖਿਆਲ ਨੀ ਲੱਗਦਾ ਅੱਗੇ ਆਪਣੇ ਦਰਾਏ ਵੀ ਪਾਣੀ ਵਾਲੀ ਟੈਂਕੀ ਨੂੰ ਡੂਮਣਾ ਮਖਿਆਲ ਲੱਗੇ ਹੁੰਦੇ ਸੀ ਠੰਡ ਪੈਂਦੀ ਆ ਉਹਦੇ ਕਰਕੇ ਮੱਖੀ ਕਿਤੋਂ ਨਹੀਂ ਹੋ ਲਿਆ ਸਕਦੀ ਸਪਰੇ ਵੀ ਨਹੀਂ ਹੈ ਸਪਰੇ ਬਹੁਤ ਹੁੰਦੀ ਆ ਸਪਰੇ ਹੁੰਦੀ ਆ ਬਸ ਚੀਨੀ ਦੇ ਮਖਿਆਲ ਬਣਦਾ ਹੁਣ ਜਿਹੜਾ ਬਣਦਾ ਜਿਹੜਾ ਵੀ ਬਣਦਾ ਸ਼ਾਇਦ ਕੋਈ ਤੇ ਆਪਣੇ ਸਫੈਦਾ ਨਹੀਂ ਦੇਖ ਲਾ ਜਿਵੇਂ ਹੁਣ ਮੱਛੀਆਂ ਰੱਖਦੇ ਆਪਾਂ ਬੰਗਲੇ ਮੱਛੀਆਂ ਖਾ ਜਾਂਦੇ ਨੇ ਡੱਡੂ ਪੱਲੇ ਰਹਿ ਜਾਂਦੇ ਨੇ ਚਾਚੇ ਨੂੰ ਸਾਰਾ ਨਹੀਂ ਇੱਕ ਮੇਰੇ ਅੜੀ ਨੇ ਰੱਖੇ ਪਤਾ ਨਹੀਂ 70,000 ਦੀ ਲਿਆ ਕੇ ਮੱਛੀ ਪਾਈ ਤੇ 80,000 ਦਾ ਉਹ ਮੱਛੀ ਨਿਕਲੀ ਵਿਹੜੀ ਖੁਰਾਕ ਪਈ ਆ ਉਹ ਕੁੜੋਂ ਪਈ ਆ ਮਿਹਨਤ ਕੁੜੋਂ ਪਈ ਆ ਤਾਂ ਜੋ ਅਸੀਂ ਮੱਛੀ ਤਲਾ ਨਹੀਂ ਬਣਾ ਰਹੇ ਜਿਹੜਾ ਆਪਣਾ ਕੁੱਤਾ ਉਹ ਵੀ ਵਿੱਚ ਛਾਲ ਮਾਰ ਕੇ ਮੱਛੀ ਨੂੰ ਫੜ ਲਿਆ ਵਾ ਬਾਕੀ ਇਹੋ ਜਿਹੇ ਜਾਨਵਰ ਨੇ ਉਹ ਤਾਂ ਉੱਡਦੇ ਵੀ ਨੇ ਪਾਣੀ 'ਚ ਤਰਦੇ ਵੀ ਨੇ ਦੋ ਦੋ ਘੰਟੇ ਵਿੱਚੇ ਰਹਿੰਦੇ ਹੁਣ ਤੈਨੂੰ ਦਿਖਾਵਾਂਗੇ ਆਪਣੇ ਕੋਲ ਇੱਕ ਕੁੱਤੀ ਆ ਕੁੱਤੇ ਆਉਂਦੇ ਹੁੰਦੇ ਉਹ ਜਿਹੜੀ ਮੱਛੀ ਤਲਾ 'ਚ ਮੱਛੀ ਛਾਲ ਮਾਰਦੀ ਬਾਹਰ ਗਿਰ ਜਾਂਦੀ ਆ ਉਹ ਫਿਰ ਤੁਰਦੀ ਤਾਂ ਹੈ ਨਹੀਂ ਉਹ ਫਿਰ ਕੁੱਤੇ ਹੀ ਖਾਂਦੇ ਨੇ ਉਹਨੂੰ ਜਿਵੇਂ ਜਦੇ ਪਕੜ ਲੈਂਦੇ ਉਹ ਜਦੀ ਚੱਕ ਕੇ ਚੱਲ ਮੇਰੇ ਭਾਈ ਯੇ ਥੇ ਵਿਸ਼ੇਸ਼ਗ ਹਮਾਰੇ ਬਹੁਤ ਹੀ ਖਾਸ ਡਿਸਕਵਰੀ ਬ੍ਰਦਰਸ ਯੂਗਾਂਡਾ ਸੇ ਬੁਲਾਏ ਵਿਸ਼ੇਸ਼ਗ ਕੋਈ ਵੀ ਧੰਦਾ ਕਾਮਯਾਬ ਨਹੀਂ ਖੇਤੀ ਦਾ ਵੀ ਇਕਣਿਆ ਚਾਚੇ ਜਿਹੜੇ ਉਹ ਕਰੀ ਜਾਂਦੇ ਹੁੰਦੇ ਵੀ ਅਸੀਂ 1 ਕਿੱਲੇ ਚੋ 3 ਲੱਖ ਦਾ ਸਟ੍ਰਾਬੇਰੀ ਹੈਗਾ ਤੇ 1 ਕਿੱਲੇ ਚੋ ਕੋਈ ਚੀਜ਼ ਨਿਕਲੇ ਹੁੰਦੀ ਡਰੈਗਨ ਫਰੂਟ ਲਾ ਤਾ 4 ਲਵੇ ਜਿਵੇਂ ਹਰਾ ਮਹਿੰਗਾ ਵਿਕਦਾ ਹੋਵੇ ਜਾਂ ਕੋਈ ਇਹਦਾ ਚਾਚਾ ਦਾਇਆ ਛੜਾ ਹੋਵੇ ਮੇਰੀ ਗੱਲ ਉਹਦੀ ਆਮਦਨ ਆਈ ਜਾਂਦੀ ਆ 2 ਕਿੱਲੇ ਦੇ ਜਿਹੜਾ ਆਪਾਂ ਭਈਆ ਰੱਖਣਾ 1.5 ਲੱਖ ਚ ਉਹ ਕਿੱਥੇ ਪੂਰਾ ਜਿਹੜਾ ਛੜਾ ਉਹ 1.5 ਲੱਖ ਬਚਾਈ ਜਾਂਦਾ ਤੁਸੀਂ ਕਹਿੰਦੇ ਡੈਡੀ ਨਾ ਮੈਂ ਪੁੱਤ ਕੀ ਕਹਿ ਸਕਦਾ ਨਾ ਜਿਹੜੇ ਕਹਿੰਦੇ ਵੀ 1 ਕਿੱਲੇ ਚ ਅਸੀਂ 2-3 ਲੱਖ ਦੀ ਆਮਦਨ ਕੀਤੀ ਨਹੀਂ ਨਹੀਂ ਆਪਾਂ ਬਹੁਤ ਬਹੁਤ ਬੜੇ ਕਿਸਾਨ ਪਏ ਨੇ ਬਹੁਤ 50,000 ਦੇ ਬਦਾਮ ਉਤਰੇ ਆਉਣਗੇ 1 ਕਿੱਲੇ ਚੋਂ ਵੱਧੋ ਵੱਧ ਉਹਦੇ ਤੇ ਮਿਹਨਤ ਵੀ ਆ ਬਾਕੀ ਤੇਰੇ ਘਲਾਣ ਵਾਲੇ ਪਾਪੇ ਨੂੰ ਪੁੱਛ ਨਹੀਂ ਗੋਭੀ ਬਤਾਉਂ ਮਟਰ ਵਿੱਚ ਪਾਈ ਆ ਗੋਭੀ ਸਾਰਾ ਕੁਝ ਬੀਜਦਾ ਆਪਾਂ ਨੇ ਦੇਖ ਲਓ ਉਹਦੀ ਆਹਿਆਂ ਦਾ ਗੱਠਿਆਂ ਦੀ ਲਵਾਈ ਦਿੱਤੇ 1 ਕਿੱਲੇ ਦੀ ਹਾਂ ਇਹ ਵੱਢਣੇ ਨੇ ਤਾਂ ਤੇ ਸਪਰੇਅ ਕਰਨੀ ਆ ਸਹੀ ਗੱਲ ਭੁੰਕਾ ਹੀ ਰਹਿ ਜਾਣੀ ਨਾ ਵੱਢੇ ਤੇ ਮਗਰੋਂ ਫਿਰ ਭੁੰਕਾ ਹੀ ਵੱਢਣੀਆਂ ਨੇ ਗੋਭੀ ਤਾਂ ਵਾਈ ਨਹੀਂ ਆ ਨਾ ਅੱਜ ਹੈ ਵਿੱਚ ਕਈ ਲੋਕ ਬਾਹ ਵੀ ਦਿੰਦੇ ਆਲੂ ਬਾਹ ਵਾਈ ਆ ਵਿੱਚ ਗੋਭੀ ਆਪਾਂ ਨੇ ਵੀ ਪਿੰਡ ਕਿੰਨੀ ਗੋਭੀ ਵੱਢੀ ਆ ਹਾਂ 70-80 ਕਿੰਨੀ ਕੀੜਾ ਖਾ ਗਿਆ ਵੜਤੇ ਤੈਨੂੰ ਮੋਟਰ ਤੇ ਖਾਉਨੇ ਆ ਸੀ ਮੂੰਗਰੇ ਲਾਏ ਸੀਗੇ ਓਹ ਮੈਨੂੰ ਲੱਗਿਆ ਤੇਰੇ ਪਾਣੀ ਡੋਲੇ ਪਹਿਲਾਂ ਦਾ ਸੁਸੁ ਕਰਤ ਕੋਈ ਨਹੀਂ ਕੋਈ ਨਹੀਂ ਇੱਕ ਵੀ ਮੂੰਗਰਾ ਨਹੀਂ ਲੱਗਿਆ ਸਾਰੇ ਉਰੇ ਵੀ ਪਿੰਡ ਵੀ ਖਾ ਗਿਆ ਕੀੜਾ ਹੀ ਖਾ ਜਾਂਦਾ ਤੁਸੀਂ ਇਸ ਕਹਿਣਾ ਚਾਹੁੰਦੇ ਹੋ ਇਹਨੂੰ ਕਹਿਣਾ ਚਾਹੁੰਦੇ ਆ ਵੀ ਪੜਿਆ ਕਰੇ ਇਹ ਕਹਿੰਦਾ ਮੈਂ ਖੇਤੀ ਕਰਨੀ ਆ ਖੇਤੀ ਦਾ ਕੋਈ ਵਧੀਆ ਧੰਦਾ ਹੈ ਨਹੀਂ ਨਹੀਂ ਇਹ ਤਾਂ ਨਹੀਂ ਕਹਿੰਦਾ ਸਾਨੂੰ ਨਾ ਮਨੇ ਵਧੀਆ ਜ਼ਮੀਨ ਵੱਧਦਾ ਇਹ ਫਿਰ 2 ਭਾਈ ਹੋ ਗਏ ਇਹਨਾਂ ਨੂੰ ਜ਼ਮੀਨ ਘੱਟ ਜਾਂਦੀ ਇਸ ਕਰਕੇ ਕਹਿੰਦਾ ਮੈਂ ਵੀ ਹੁਣ ਨਾ ਵਧੀਆ ਖਰਚਾ ਚੱਲਦਾ ਠੀਕ ਨਹੀਂ ਬੋਲ ਦਿੱਤੀ ਰਾਜਦੀਪ ਕਹਿੰਦਾ ਮੇਰਾ ਵਿਆਹ ਕਰਦੇ ਹੋ ਇਹ ਛੜਾ ਰਹਿ ਜੂਗਾ ਕਹਿੰਦਾ ਰਹਿ ਜੀ ਵੇਖ ਕਹਿੰਦਾ ਚੋਂ ਕਹਿੰਦਾ ਠੀਕ ਆ ਅੰਗਦ ਨੇ ਗਲਾਸ ਚੋਂ ਪਾਣੀ ਡੋਲਤਾ ਆਪਣੇ ਕੱਪੜੇ ਉੱਤੇ ਸਾਰਾ ਨਹਾਲਿਆ ਪੁੱਤ ਤੈਨੂੰ ਹੁਣ ਪੂਰੇ ਹੀ ਨਹਾ ਦੇਣਾ ਨਲਕੇ ਥੱਲੇ ਕਰ ਦੇਣਾ ਠੀਕ ਆ ਉਹ ਪੁੱਤ ਅੰਗਦ ਅਸੀਂ ਤੁਹਾਨੂੰ ਕਿਉਂ ਨਹੀਂ ਅਜੇ ਜ਼ਿੰਮੇਵਾਰੀ ਦਿੰਦੇ ਪਤਾ ਕੀ ਗੱਲ ਮੋਟਰ ਤੋਂ ਖੰਭੇ ਤੱਕ ਗੱਡੀ 'ਚੋਂ ਖੰਭੇ ਤੱਕ ਆਇਓ ਤੁਹਾਡਾ ਤੌਲੀਏ ਕੱਛੇ ਉੱਤੇ ਹੀ ਪਏ ਨੇ ਚਾਹੇ ਕੋਈ ਚੱਕ ਕੇ ਲੈ ਜਾਵੇ ਹੈ ਹੁਣ ਕਹੂਗਾ ਮੈਨੂੰ ਨਹੀਂ ਪਤਾ ਤੈਨੂੰ ਪਤਾ ਬਈ ਹਾਂਜੀ ਮੈਨੂੰ ਪਤਾ ਭਾਬੀ ਨੇ ਉੱਥੇ ਰੱਖੇ ਨੇ ਹਾਂ ਉਹ ਚੱਕੂ ਕੌਣ ਅਸੀਂ ਦੇਖਦੇ ਸੀਗੇ ਵੀ ਸਾਡੇ ਕੰਮ ਐਂ ਤਾਂ ਨਹੀਂ ਫਿਰੀ ਜਾਂਦੇ ਆਸਾ ਪਾਸਾ ਵੀ ਧਿਆਨ ਰੱਖਦੇ ਆ ਕਿ ਨਹੀਂ ਕੋਈ ਬਟਨ ਆ ਬਾਅਦ ਖੜ ਖੜ ਜਾਵਾਂ ਉਹ ਤਾਂ ਬਟਨ ਦੱਬੋ ਕੋਈ ਸ਼ਾਇਦ ਠਾ ਅੱਜ ਕੋਈ ਚੱਕ ਕੇ ਲੈ ਜਾਵੇ ਨਹੀਂ ਪਾਪਾ ਜੀ ਮੈਂ ਦੱਸਦੀ ਆ ਕੈਨੇਡਾ ਚੋਂ ਇੱਥੇ ਬਹਿ ਕੇ ਪਾਪਾ ਜੀ ਵੱਢਦੇ ਨੇ ਕਣਕ ਪਿਤਾ ਜੀ ਉਹਦੇ ਤਰਸ ਕਰੋ ਗੋਡੇ ਦੁਖਦੇ ਨੇ ਉਹ ਸਰੀਰ ਠੀਕ ਆ ਉਹ ਸਰੀਰ ਠੀਕ ਆ ਅੰਗਤ ਪੈਸੇ ਬੰਦ ਹੋ ਜਾਣਗੇ ਹੁਣ 1.5 ਲੱਖ ਰੁਪਏ ਹਰੇਕ
चाचा हरेक वीडियो दे विच 50,000 बना दिंदा, 50,000 तो लग्या सी, 50,000 ब्याज आवा जेड़ा दित्ता, फिर 1.5 लाख 50,000 पेंजर 50,000 खेती च ओपन दे बहुत कम करया। देख ला छुट्टी ताना वेले बढ़ाई लवाई वेले है पिंड जमीन थोड़ी करके ते वधिया खांदे ते वधिया पहनदे। ਬਈ ਹੁਣ ਤੁਸੀਂ ਹੁਣ ਐਸ਼ ਕਰਦੇ ਹੋ, ਨਹੀਂ ਨਾ ਫਿਰ ਤੁਸੀਂ ਜਾਇਆ ਕਰਦੇ ਸਾਈਕਲ ਤੇ ਲੁਧਿਆਣੇ। ਨਹੀਂ ਕਨੇਚ ਕਰਨੀ ਫੈਕਟਰੀ ਅੱਗੇ ਕਹਿੰਦੇ ਕਨੇਚ ਦੀਆਂ ਮੱਝਾਂ ਨਾ ਰੌਂਪਰ ਦੀਆਂ ਮੱਝਾਂ ਕਨੇਚ ਦੇ ਜਵਾਬ ਸਾਈਕਲ ਦੇ ਥੱਲੇ ਆ ਜਾਂਦੇ ਸੀ। ਪੀ ਲਾ ਮੈਂ ਨਾ ਪੀ ਆਇਆ फसल नू पै रहा मोटर ते आए ते नहाते नी है फिर कहदा आए है मोटर ते पर एक्ती अपने च आलू च नहाउण नूं पानी नहीं चलदा हैगा लाइट नहीं हैगी नलके जी नहा लैणा बाह फड लो बाह फड लो करन दे पहले तो पुत थोड़ा पाओ थोड़ा छोड़ो जी पानी हम डर गया थोड़ा जा पानी छोड़ो थोड़ा जा बद पानी तो डर जांदा जी खुश है मैं तो ले खड़ जा खड़ आ जा इधर पासा रह गया गोदी चक लो बहुत देर बाद ही अज मैं नलके दे पानी तो नहाता वा ठंडा सीगा कोई टेंपरेचर नहीं कंट्रोल कर सकते आपां अलग ही फीलिंग सीगी मैनू तो नलका गेड़ के बड़ा ज्यादा नजारा आया ते हुण शाम हो गई जी पूरी एन मतलब रात शुरू होने वाली आ सूरज बहुत सोहना ढल रहा वा इन्ना ज्यादा सोहना लगता मैनू नहीं लगता भी वीडियो दे विच आऊगा कि नहीं सारे घर दे उधर दूजी मोटर ते ने मैं बस उधर नूं तुर के चलिया अंगद होने ते हुण आपां बस घरे चलते हैं उधर चल रही है जी कंबैन सूरज देखो तुसीं किन्ना सोहना लग रहा शिप का ते डैडी कहिंदे बंदा इंट्रोड्यूस करना एक दसो डैडी जी ये मेरा मेजर वीर आ पूनिया का ਉਹਨਾਂ ਦਾ ਸਾਲਾ ਸਾਹਿਬ ਪਿੰਡ ਚੀਮਾ ਤੋਂ ਦੱਸੋ ਵੀ ਕੀ ਨੋਵਾ ਕਿਹੜਾ ਪਿੰਡ ਵਿਆਹ ਹੋਇਆ ਮੇਰਾ ਪਿੰਡ ਚੀਮਾ ਜੀ ਵਿਆਹ ਮੈਂ ਨਾਨੋ ਵਾਲਾ ਜੀ ਹਾਂ ਸਾਡੀ ਪਿੰਡ ਮਾਸੀ ਵੀ ਉੱਥੇ ਨਾਨੋ ਹਾਂਜੀ ਤੇ ਇਹਨਾਂ ਦੀ ਫੈਮਿਲੀ ਆਪਣੇ ਵਲੌਗ ਦੇਖਦੇ ਆਪਣੇ ਵਲੌਗ ਦੇਖਦੇ ਨੇ ਆਪਣਾ ਪਿਆਰ ਬਹੁਤ ਇਹਨਾਂ ਨਾਲ ਇਹਨਾਂ ਦੇ ਨਾਲ ਵੜਦੇ ਵੀ ਰਹੇ ਨੇ ਹੁਣ ਕਿਹਨਾਂ ਦੀ ਵੜਦੇ ਹੋ ਹੁਣ ਬਿੱਟੂ ਨਾਲ ਦੀ ਲੰਬੜਦਾਰ ਬਿੱਟੂ ਨਾਲ ਦੀ ਹਾਂਜੀ ਤੇ ਇੱਧਰ ਕਿਵੇਂ ਆ ਆ ਮੇਰਾ ਚਾਹ ਪੀ ਲੋ ਹੁਣ ਦੇ ਹੀ ਲੱਗਦੇ ਆ ਵੀ ਉਹੀ ਬੰਦੇ ਆ ਟੌਰ ਕੱਢ ਲਈ ਚਾਚੇ ਨੇ ਤੇ ਤੈਨੂੰ ਨਾਤਾ ਤੂੰ ਹਾਂ सुख रहे लोकां दीआं कणकां वड्डीआं जाण मीमू ना पवे तेज हवा ना चले जा कई जावां जगह ते अग उग लग जांदी आ सो चीजां तों बस बचा रहे ते रब सुख रखे मिलांगे तुहानूं अगली वीडियो दे विच तद तक सारिआं नूं लव यू टेक केयर ते बाय 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 कर देंगे बाय पुत बाय जी।